Papa! Papa! Amen! ਸੱਤ ਨਿਹੰਗ ਆਏ ਆ ਵੀਰ ਜੀ, ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ, ਇੱਕ ਬਹਿ ਕੇ ਗੱਲ ਕਰੋ, ਬਹਿ ਕੇ ਕਿਸੇ ਨੇ ਨੀ ਮੰਨੀ, ਉਦੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਉਹਨਾਂ ਨੇ। ਅਮਨ ਨੇ ਕਿਹਾ ਪਾਪਾ ਦੀ ਬਾਹ ਮੇਰਾ ਨਾਮ ਅਮਨਪੁਰੀ ਹੈ ਜੀ, ਤੇ ਕਿੰਨਾ ਤੇ ਹਮਲਾ ਹੋਇਆ ਇਹਨਾਂ ਦਾ? ਇਹ ਮੇਰੇ ਚਾਚਾ ਜੀ ਹੈ ਸ਼ੰਮੀਪੁਰੀ। ਸੱਤ ਨਿਹੰਗ ਆਏ ਆ ਵੀਰ ਜੀ, ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ, ਇੱਕ ਬਹਿ ਕੇ ਗੱਲ ਕਰੋ, ਬਹਿ ਕੇ ਕਿਸੇ ਨੇ ਨੀ ਮੰਨੀ, ਉਦੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਉਹਨਾਂ ਨੇ। ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲਓ, ਜਿੰਦਾ ਬੰਦਾ ਲੈ ਕੇ ਆਏ ਆ, ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ, ਕਿਸੇ ਨੇ ਪੁੱਛਿਆ। ਉਸ ਤੋਂ ਬਾਅਦ ਹੁਣ ਪੂਰੇ ਹੋ ਗਏ, ਡੈਥ ਹੋ ਗਈ, ਸਾਡਾ ਹੀ ਨਿਰਗਾ ਬੰਦਾ ਖਤਮ ਕਰਤਾ, ਤੇ ਹੁਣ ਮਰੇ ਨੂੰ ਗਲੂਕੋਜ਼ ਲਾ ਗਏ ਜੀ। ਦੱਸੋ ਇਹੋ ਜਿਹਾ ਕੀ ਹਸਪਤਾਲ ਕੋਲੋਂ ਥੋੜਿਆ ਨੂੰ? ਪੁਲਿਸ ਪ੍ਰਸ਼ਾਸਨ ਆਇਆ, ਤਰਲੇ ਚਲੋ ਆਏ, ਪਰ ਪੁਲਿਸ ਪ੍ਰਸ਼ਾਸਨ ਵੀ ਆਇਆ, ਹੁਣ ਵੀ ਹੈਗੇ ਆ, ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ, ਜੋ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ, ਜੋ ਵੀ ਨਿਹੰਗ ਜੋ ਵੀ ਆ। ਭਾਜੀ ਵੇਖੋ, ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਗਰਕ ਇੱਥੇ ਨਾ, ਅਸੀਂ ਤੇ ਇਹੋ ਕਵਾਂਗੇ, ਉਲਟਾ ਸਾਨੂੰ ਆਂਦੇ ਆ, ਅਸੀਂ ਵੱਢ ਦਾਂਗੇ ਆਇਆ, ਤੇ ਅਸੀਂ ਤੇ ਬਣਾ ਕੇ ਬਸ ਇਹਨਾਂ ਜੋਗੇ, ਅੱਜ ਇਹਨੂੰ ਵੱਢਿਆ, ਕੱਲ ਨੂੰ ਸ਼ਹਿਰ ਚ ਗਏ ਹੋਰ ਨੂੰ ਵੱਢੂਗੇ। ਝਗੜੇ ਦੀ ਵਜ੍ਹਾ ਕੋਈ ਨੀ ਆ, ਕਿ ਥਰਡ ਪਾਰਟੀ ਦਾ ਝਗੜਾ ਹੋਊ, ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇਣ ਨਹੀਂ, ਇਹ ਸਿਰਫ ਖਾਊ ਯਾਰ ਆ, ਆਪਦੀਆਂ ਜੇਬਾਂ ਭਰਨ ਆਏ ਸੀ। ਸੱਤ ਜਾਣੇ ਸੀ ਨੋਵਾ ਗੱਡੀ ਤੇ ਆਏ, ਇਹ ਨੀ ਆਪਾਂ ਇਹਨਾਂ ਦੇ ਸਾਰੇ ਨਿਹੰਗ ਇੱਕੋ ਜਿਹਾ, ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ, ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾ ਲਏ ਆ, ਪੀਂਦੇ ਸਮੈਕਾ ਤੇ ਚੋਲੇ ਦੇ ਅੰਦਰ ਸਭ ਕੁਝ ਕਰੀ ਜਾਂਦੇ, ਤੇ ਇਹੋ ਜਿਹਾ ਨੂੰ ਕਰਨਾ? ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਟੋਟਲ? ਤਿੰਨ ਜਾਣੇ। ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ, ਇੱਕ ਮੈਂ ਅਮਨਪੁਰੀ ਜਿਹੜਾ ਜ਼ਖਮੀ ਆ, ਇੱਕ ਕਰਨਪੁਰੀ ਮੇਰਾ ਪਤੀ ਚਾਚੇ ਦਾ ਮੁੰਡਾ, ਪੱਟੀ ਦੇ ਹੀ ਆ, ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ, ਵੇਖ ਲਓ ਖੂਨ ਹੀ ਖੂਨ ਹੋਇਆ ਪਿਆ, ਦਕਾ ਘਰ ਆ ਕੇ ਪਏ, ਲੁੱਟਣ ਨੂੰ ਪਏ ਆ ਕੇ ਗੱਲ ਕਰਦਾ ਪਏ ਆ। ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਵੀਰ ਜੀ ਕੀ ਨਾਮ ਆਪਣਾ? ਕਰਨਪੁਰੀ। ਹੈਂ? ਕਰਨਪੁਰੀ। ਕਰਨ ਜੀ ਕੀ ਗੱਲ ਹੋਈ ਆ? ਇਹ ਨਿਹੰਗ ਸਿੰਘ 5-7 ਆ ਗਏ ਆਪਣੇ ਘਰੇ ਗੱਲ ਪਏ ਆ ਕੇ, ਪਰਮਿੰਦਰ ਸਿੰਘ ਵਲਟੋਏ ਦਾ ਖਡੂਰ ਸਾਹਿਬ ਰਹਿੰਦਾ ਗੋਦਵਾ ਰਹਿੰਦਾ ਜੇਲ੍ਹ ਦੇ ਪਿੱਛੇ। ਅਸੀਂ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਅਸੀਂ ਪੈਸੇ ਦੇ ਤੇ ਰਾਜੀਨਾਮਾ ਹੋ ਗਿਆ, ਫਿਰ 10 ਤੋਂ 15 ਬੰਦੇ ਲੈ ਕੇ ਇਨੋਵਾ ਲੈ ਕੇ ਆ ਗਿਆ ਸਾਡੇ ਘਰੇ, ਕਿਰਪਾਨਾ ਲੈ ਕੇ। ਠੀਕ ਹੈ ਜੀ, ਤੇ ਮੈਂ ਬਾਜ਼ਾਰ ਗਿਆ, ਡੈਡੀ ਨੇ ਮੈਨੂੰ ਫੋਨ ਕੀਤਾ, ਕਰਨ ਪੁੱਤ ਘਰੇ ਆਏ, ਇਸ ਤਰ੍ਹਾਂ 12-13 ਬੰਦੇ ਆਏ, ਤੇ ਮੈਂ ਉਸੇ ਵੇਲੇ ਆ ਗਿਆ ਘਰੇ, ਤੇ ਆਉਂਦਿਆਂ ਨੂੰ ਤੂੰ ਮੈਂ ਆਉਂਦੀ, ਅਮਨ ਵੀ ਮੇਰਾ ਭਰਾ, ਤੇ 2-3 ਜਣੇ ਅਸੀਂ, ਬਸ ਉਹ ਵੀ 12-13 ਜਣੇ, ਉਹ 12-13 ਜਣੇ ਇਨੋਵਾ ਦੇ ਪੂਰੀ ਤਿਆਰੀ ਨਾਲ ਆਏ ਕਿਰਪਾਨਾ ਕਿਰਪੂਨਾ ਲੈ ਕੇ। ਤੁਹਾਨੂੰ ਪਤਾ ਨੀ ਸਾਡੇ ਕੋਈ ਸੰਦ ਨੀ ਹੈਗਾ, ਤੇ ਉਹ ਜਦੋਂ ਉਹਨਾਂ ਨੇ ਗੁੱਟ ਵੱਟਿਆ ਫਿਰ ਅਸੀਂ ਇਨੋਵਾ ਦੇ ਸ਼ੀਸ਼ੇ ਭੰਨੇ, ਫਿਰ ਉਹ ਅੱਗੇ ਲਾ ਕੇ ਟਾਟਾ ਮਾਰ ਕੇ ਭੱਜ ਗਏ। ਕੋਈ ਝਗੜਾ ਨੀ, ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਫਰੋਤੀ ਲੈਂਦਾ ਸਾਡੇ ਕੋਲ, ਕਾਹਦੀ ਫਰੋਤੀ ਹੈ? ਐਵੇਂ ਪੈ ਗਏ ਕਿ ਮੈਨੂੰ 1,30,000 ਰੁਪਇਆ ਦੋ। ਮੇਰੇ ਖਾਤੇ ਚ ਪਾਓ, ਨਹੀਂ ਤਾਂ ਮੈਂ ਤੁਹਾਡੇ ਟੱਬਰ ਨੂੰ ਆਖਦਾ। ਮੇਰੇ ਪਿਓ ਦੀ ਗੁੱਟ ਵੱਢਿਆ, ਹਸਪਤਾਲ ਵਾਲਿਆਂ ਨੇ ਕੋਈ ਨੀ ਕਾਰਵਾਈ ਕੀਤੀ, ਦਵਾਈ ਲੈ ਗਿਆ, ਬਿਲਕੁਲ ਸਹੀ ਜੀ।
ਬਿਲਕੁਲ ਸਹੀ, ਬਿਲਕੁਲ ਮਤਲਬ ਕਿ ਗੱਲਾਂ ਬਾਤਾਂ ਕਰਦੇ ਖੂਨ ਨਾ ਚੜਨ ਕਰਕੇ। ਮੇਰਾ ਨਾਂ ਕਰਨਪੁਰੀ, ਮੇਰੇ ਡਾਕਟਰ ਹਾਂਜੀ ਕੁਰਬਾਨਾ ਕੱਢ ਕੇ ਕਹਿੰਦੇ ਗਲੀ ਚ ਬਚੋ, ਗਲੀ ਚ ਬਚੋ, ਤੁਹਾਡੇ ਘਰ ਦੇ ਮਾਗ ਲਾ ਕਰਦਾ ਸਾਰਾ ਕੁਝ ਕਰਦਾ। ਘਰ ਆ ਗਏ, ਨਿਹੰਗ ਪੈ ਗਏ, ਬੰਦੇ ਦੀ ਬਾਂਹ ਵੱਢੀ ਜਾਵੇ ਤੂੰ, ਕੌਣ ਵਿਆਹ ਕੌਣ ਕਰੇ। ਨਿਹੰਗ ਸਿੰਘ ਪੰਜ ਛੇ ਸੱਤ ਸੱਤ ਨਿਹੰਗ ਸੱਤ ਨਿਹੰਗ ਆਏ ਜੀ, ਪਤਾ ਲੱਗਾ ਨਾ ਕੌਣ ਬਲਵਿੰਦਰ ਸਿੰਘ ਜੋ ਬਟੋਏ ਦਾ। ਗੱਲ ਕੋਈ ਨੀ ਹੋਈ ਕਿਸੇ ਨਾਲ, ਕੋਈ ਮਾੜਾ ਮੋਟਾ ਹੈਗਾ ਸੀ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੇ ਨਿਹੰਗਾਂ ਨੂੰ ਘਲਾਤਾ ਇਹਦੇ ਨਾਲ। ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ, ਠੰਡੇ ਹੋ ਗਏ ਜਾਓ, ਕੋਈ ਗੱਲ ਨੀ ਗੀ। ਤੇ ਬਾਹਰ ਚਲੇ ਗਏ, ਬਾਹਰ ਕੱਢਦੇ ਰਹੇ ਉਹਨਾਂ ਨੂੰ, ਤੇ ਬਾਹਰ ਆਏ ਗੁੱਟ ਵੱਢ ਦਿੱਤਾ ਉਹਦਾ ਨਿਹੰਗ ਨੂੰ। ਵੀਡੀਓਗ੍ਰਾਫਰੀ ਹੈਗੀ ਸਾਡੇ ਕੋਲ ਸਾਰੀ, ਕਰਪਾਨਾ ਮਾਰੀਆਂ ਉਹ ਦੂਜੇ ਦੇ ਵੀ ਆਵੇ ਨਾਲ ਪਿਆ ਮੁੰਡਾ ਇਹਦਾ ਵੀ ਮੰਗ ਸਾਡੀ ਇਹੋ, ਸਾਨੂੰ ਇਨਸਾਫ਼ ਦਿੱਤਾ ਜਾਵੇ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ, ਤੇ ਕਾਰਵਾਈ ਫੁੱਲ ਹੋਣੀ ਚਾਹੀਦੀ। ਮਾਰ ਕੇ ਗਏ ਹਾਂ, ਜਾਂ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ, ਜਿਹੜਾ ਜਦ ਨਹੀਂ ਵੜਿਆ ਵੜਿਆ ਹੀ ਨਹੀਂ, ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ, ਕਾਨੂੰਨੀ ਕਾਰਵਾਈ ਕੋਈ ਨਹੀਂ ਹੈਗੀ। ਨਿਹੰਗ ਪਰਮਿੰਦਰ ਸਿੰਘ ਜੀ ਇੱਕ ਨਿਸ਼ਾਨ ਸਿੰਘ ਜੀ ਹਾਂਜੀ, ਉਹ ਮੁੜ ਕੇ ਤਕਰਾਰ ਹੋ ਗਿਆ ਉੱਥੇ ਜੀ, ਉੱਥੇ ਇਹਨਾਂ ਨੇ ਕਿਰਪਾਨ ਨਾਲ ਗੁੱਟ ਵੱਢਤਾ ਜੀ, ਇਹਦੇ ਬਾਅਦ ਚ ਇਹਨਾਂ ਨੇ ਹਸਪਤਾਲ ਲੈ ਆਂਦਾ ਜੀ ਇਹਨੂੰ ਹਾਂਜੀ, ਬਾਅਦ ਮਾਤਾ ਜੀ ਹਾਂਜੀ ਹਸਪਤਾਲ ਜੀ ਪਰਮਿੰਦਰ ਸਿੰਘ ਸਾਨੂੰ ਲਖਵਿੰਦਰ ਸਿੰਘ ਵਾਸੀ ਬਟੋਆ, ਤੇ ਇੱਕ ਹੈਗਾ ਨਿਸ਼ਾਨ ਸਿੰਘ, ਇਹ ਹਾਲ ਉੱਥੇ ਗੋਇੰਦਵਾਲ ਸਾਹਿਬ ਰਹਿੰਦੇ ਡੇਰੇ ਤੇ ਜੀ, ਜੇਲ ਜੇਲ ਦੇ ਪਿੱਛੇ ਲੱਗੇ ਡੇਰਾ ਨਾਲ ਜੀ ਹਾਂਜੀ। ਇਹਨਾਂ ਗ੍ਰਿਫਤਾਰ ਕਰਾਇਆ ਜਾਊਗਾ ਸਾਰਿਆਂ ਨੂੰ। ਝਗੜੇ ਦਾ ਕਾਰਨ ਕੀ ਹੈ ਜੀ? ਝਗੜੇ ਦਾ ਕਾਰਨ ਇਹ ਗੂਗਲ ਪੇ ਇਹਨਾਂ ਨੇ ਪੈਸੇ ਕਿਸੇ ਸਾਡ ਪਾਸਵਰਡ ਨੇ ਪਾਏ ਸੀ ਹਾਂਜੀ, ਉਹ ਉਹਦੇ ਉਹ ਇਹਨਾਂ ਪੈਸੇ ਮੰਗਦੇ ਸੀ ਵੀ ਸਾਨੂੰ 1,75,000 ਦਿਓ। ਕਿੰਨੇ ਪੈਸੇ? ਕਿੰਨੇ ਸੀ? 1,75,000 ਉਹਦੇ ਸਬੰਧ ਕਰੇ ਆਣਗੇ ਗੱਲ ਪੈ ਗਈ ਗ੍ਰਿਫਤਾਰ ਆ ਕਰੇ ਕਰੇ। ਕਿੰਨੇ ਜਣੇ ਆ ਇੱਕ ਡੇਰੇ ਨੂੰ ਜਿਹੜੇ ਸੁਣਾ ਕਿਸੇ ਹੱਥ ਜਾਣੇ ਦੱਸਦੇ ਜੀ? ਜਖਮੀ ਹੋਏ ਕਿੰਨੇ ਜਣੇ ਆ? ਜਿਹੜੇ ਜਣੇ ਜੀ ਇੱਕ ਦੀ ਮੌਤ ਹੋ ਗਈ, ਇਹ ਤੇ ਇੱਕ ਸਰ ਜਿਹਦੀ ਮੌਤ ਹੋਈ ਉਹਦਾ ਨਾਂ ਕੀ ਹੈ? ਉਹਦਾ ਛਮੀ ਕਰਨਾ ਹੀ ਬਸ।